जी अस्सलाम वालेकुम। चौधरी अरफान 1711L चीचा बदनी तो बूरे रोड के उत्ते पिंड है जी। यह तकरीबन को 10-12 किलोमीटर से चीचा बदनी तो बूरे से 10-12 किलोमीटर जाइए। इस भाई ने 6 कनाल कपाह लाई, कोहे नूर सीड लाया, असी तुहानू इहदे नाल मिलाने आ, हकी रबी अमानी कुराने। जिहड़े बंदे नू फिर भी इतवार ना आवे वह आ के इत्थे डायरैक्टली इस पिंड च आ के अपनी तसली कर सकदा। 1711L हाँ जी अरफान भाई जी, की हाल चाल है? ठीक ठाक। किन्नी कपाह काश्त कीती सी तुसी? 6 कनाला जी। किहड़ा बीज लाया सी भाई जी? मैं जी कोहनूर लाया सी। कित्थों लिया सीगा? ए जबरून स्प्रे सेंटर लिया सी, गल्ला मंडी चीचा वतन। अच्छा, उन्होंने तुहानू दस्या सी वी इह कोहनूर आ? हाँ जी। ऑर्बिट सीड दा सीड? हाँ जी। ठीक है, की ओदी तुसी सेवा खुराक किन्नी क पाई ओनू स्टार्ट ते? मैं जी 6 कनाला नू 1 बोरा DAP दा। ठीक है। 1 नाइट्रो पाया सी। ठीक है। बेस्ट के 2 पाए सी। ठीक है। ते 1.5 बोरा यूरिया दा पाया। ठीक है। ते जो स्प्रे करदा सी उसले नाल यूरिया खाद करदा रहा, मिला के स्प्रे करदा रहा। ठीक है। हां जी, बाकी पोटाश दे भी ओदे ते इस्तेमाल कीता? हां जी कीता जी। ठीक है। किन्नी कपाह होई ओदे चो? 62 मन होई जी। 62 मन। हां जी। ਕਾਸ਼ਟ ਕਦੋਂ ਕੀਤੀ ਸੀ ਉਹ? 6 ਅਪ੍ਰੈਲ ਨੂੰ ਕੀਤੀ ਸੀ ਜੀ। 6 ਅਪ੍ਰੈਲ ਨੂੰ ਭਾਈ ਨੇ ਅੱਗੇ ਉਹ ਦੱਸਿਆ ਸੀ 4, ਚਲੋ 4 ਜਾਂ 6 'ਚ ਕੋਈ ਨਹੀਂ, 2 ਦਿਨ ਦਾ ਗੈਪ ਆ। ਹਾਂਜੀ। ਅੱਛਾ, 6 ਅਪ੍ਰੈਲ ਨੂੰ ਕਾਸ਼ਟ ਕੀਤੀ ਸੀ। ਉਹਦੇ 'ਚ ਹੁਣ ਕੁਛ ਬੀਜਿਆ ਜਾਂ ਖਾਲੀ ਹੋਈ ਆ? ਉਹ ਕਦੋਂ ਖਾਲੀ ਹੋਈ ਉਹ ਕਪਾਹ ਖਤਮ ਹੋਈ? ਖਾਲੀ ਪਿਛਲੇ ਮਹੀਨੇ ਮੈਂ ਕੀਤੀ ਸੀ, 12ਵੇਂ ਮਹੀਨੇ ਦੀ 28 ਤਰੀਕ ਨੂੰ ਵੇਲੀ ਕੀਤੀ। 12ਵੇਂ ਮਹੀਨੇ ਦੀ 28 ਤਰੀਕ ਨੂੰ ਤੁਸੀਂ ਆਖਰੀ ਵਾਰੀ ਉਹਦੀ ਚੁਗੀ? ਹਾਂਜੀ, ਆਖਰੀ ਚੁਗੀ ਜੀ। ਠੀਕ ਹੋ ਗਿਆ। ਤੁਸੀਂ ਮੁਤਮਿਨ ਹੋ ਇਸ ਫੀ ਇਸ ਬੀਜ ਤੋਂ? ਹਾਂਜੀ ਬਿਲਕੁਲ ਜੀ ਮੁਤਮਿਨ ਆ। ਮੇਰੇ ਚੱਕ ਦੇ ਬੰਦਿਆਂ ਨੇ 15-20 ਨੇ ਮੇਰੇ ਕੋਲ ਲਿਆ ਜੀ ਬੀਜ ਗਾਂ ਵੀ। ਅੱਛਾ, ਤੁਸੀਂ ਮੁੱਲ ਵੀ ਸੇਲ ਵੀ ਕੀਤਾ ਹੈ? ਹਾਂਜੀ ਸੇਲ ਕੀਤਾ ਅੱਗੇ। ਜ਼ਾਹਰ ਅਗਰ ਅੱਛੀ ਫਸਲ ਹੋਈ ਆ ਤੇ ਫਿਰ ਲੋਕਾਂ ਨੂੰ ਉਹ ਪਸੰਦ ਆਇਆ? ਹਾਂਜੀ, ਲੋਕ ਜਾ ਕੇ ਦੇਖ ਕੇ ਤੇ ਮੇਰੇ ਕੋਲ ਲੈ ਕੇ ਜਾਂਦੇ ਸੀ ਚੁਗਿਆ ਆ। ਠੀਕ ਹੈ। ਆਇੰਦਾ ਵੀ ਤੁਸੀਂ ਇਹ ਕਾਸ਼ਟ ਕਰਨਾ ਚਾਹੋਗੇ? ਹਾਂਜੀ। ਠੀਕ ਹੈ। ਬਾਕੀ ਵੀ 1711 ਵਾਲੇ ਹੋਰ ਬੰਦੇ ਵੀ ਲੈਣਾ ਚਾਹੁੰਦੇ ਆ? ਦੋਸਤ ਜਿਹੜੇ ਆ ਦੇਖਦੇ ਸੀ ਜਾ ਕੇ, ਉਹਨਾਂ ਨੇ ਮੇਰੇ ਕੋਲ ਨਰਮਾ ਲਿਆ ਬੀਜਣ ਵਾਸਤੇ ਬੀਜ ਜਿਹੜਾ। ਤੁਹਾਡਾ ਅੱਗੇ ਕਦੇ ਜ਼ਿੰਦਗੀ 'ਚ ਇੰਨਾ ਨਰਮਾ ਹੋਇਆ? ਨਹੀਂ, ਕਦੇ ਨਹੀਂ ਜੀ ਹੋਇਆ। 20-25 ਮਨ ਹੈਂਡ ਹੁੰਦਾ ਸੀ। ਇਹ ਹਾਫਜ਼ ਜ਼ੁਬੈਰ ਸਾਹਿਬ ਦੀ ਵਰਾਇਟੀ ਆ, ਵਿਹਾੜੀ ਤੋਂ ਆਰਬਿਟ ਸੀਡ ਦੇ ਓਨਰ ਆ। ਉਹਨਾਂ ਦੀ ਆਪਣੀ ਪਰਸਨਲ ਵਰਾਇਟੀ ਆ। ਜੇ ਆਇੰਦਾ ਤਾਂ ਤੁਹਾਨੂੰ ਕੋਈ ਪੁੱਛਦਾ ਵੀ ਹੈ ਨਾ ਵੀ ਇਹ ਜ਼ਾਹਰ ਆ, ਕਿਉਂਕਿ ਤੁਹਾਨੂੰ ਪਹਿਲੇ ਪਤਾ ਨਹੀਂ ਸੀਗਾ। ਹਾਂਜੀ। ਅਤੇ ਹੁਣ ਤੁਹਾਨੂੰ ਅਸੀਂ ਤਫਸੀਲ ਇਹਨੇ ਦੱਸ ਦਿੰਦੇ ਹਾਂ। ਅਤੇ ਬਹੁਤ ਅੱਛਾ ਉਹ ਕਰਦੇ, ਇਨਸ਼ਾਅੱਲਾ ਆਇੰਦਾ ਵੀ ਜਿਹੜਾ ਵੀ ਸੀਡ ਅਸੀਂ ਉਹ ਆਪਾਂ ਨੂੰ ਦੇਣਗੇ, ਕੰਮ ਕਰੇਗਾ। ਇਹ ਨਾਲ ਦੋਸਤ ਬੈਠੇ ਆ ਜੀ ਖੁਰਸ਼ੀਦ ਸਾਹੂ, ਇਹ ਵੀ 1711 ਦੇ ਵਿੱਚੋਂ ਆ। ਇਹਨਾਂ ਨੇ ਲਾਇਆ ਸੀ SS 32, ਉਹ ਵੀ ਔਰਬਿਟ ਸੀਡ ਦਾ ਸੀਡ ਸੀ। ਤੁਸੀਂ ਗੰਦਮ ਕਟਾਈ ਕਰਕੇ ਕਾਸ਼ ਕੀਤਾ ਸੀ? ਹਾਂਜੀ। ਕਿੰਨੇ ਏਕੜ ਸੀ ਤੁਹਾਡਾ? ਸਾਡੇ 2 ਏਕੜ। 2 ਏਕੜ ਸੀਗਾ। ਕਿੰਨਾ ਤੁਹਾਡਾ ਕਿੰਨਾ ਹੋਇਆ ਸੀ? ਸਾਡਾ 25 ਮਣ ਕਿੱਲੇ ਦਾ ਲਿੱਤਾ ਜੀ। ਕਣਕ ਦੇ ਵੱਢ? ਕਣਕ ਦੇ ਵੱਢ। ਠੀਕ ਹੈ। ਇਹ ਅਰਫਾਨ ਨੂੰ ਤੁਸੀਂ ਜਾਣਦੇ ਹੋ? ਚੰਗੀ ਤਰ੍ਹਾਂ ਜੀ। ਅੱਛਾ, ਇਹਦਾ ਜਿਹੜਾ ਇਹਦੇ ਘਰ ਦੱਸਦਾ ਕਿ ਕੋਹੇ ਨੂਰ ਬੀਜ ਲੱਗਾ ਸੀ, ਉਹ ਵਾਕਈ ਇੰਨਾ ਪੈਦਾਵਾਰ ਉਹਨੇ ਦਿੱਤੀ? ਇਨਸ਼ਾਅੱਲਾ ਦਿੱਤੀ ਹੈ। ਮਤਲਬ ਇਹ ਆ ਕਿ ਦੇਖੋ ਸੱਚਾਈ ਹੁੰਦੀ ਆ, ਕਿਉਂਕਿ ਕੁਛ ਲੋਕਾਂ ਨੂੰ ਇਤਰਾਜ਼ ਸੀਗਾ ਕਿ ਇਹ 6 ਕਨਾਲ ਦੇ ਵਿੱਚੋਂ 62 ਮਣ ਨਹੀਂ ਹੋ ਸਕਦਾ। ਅਸੀਂ ਉਹ ਇਤਰਾਜ਼ ਦੂਰ ਕਰਨ ਵਾਸਤੇ ਤਾਂ ਇਹ ਵੀਡੀਓ ਦੁਬਾਰਾ ਬਣਾਉਣ ਲੱਗੇ ਹਾਂ। ਅਤੇ ਦਾਅਵਤ ਆ ਸਾਰੇ ਦੋਸਤਾਂ ਨੂੰ, ਜਿਹੜੇ ਦੋਸਤ ਨਹੀਂ ਇਤਬਾਰ ਕਰਦੇ, ਕਿ ਉਹ ਆ ਕੇ 1711 ਦਾ ਵਿਜ਼ਿਟ ਕਰ ਲੈਣ, ਆ ਕੇ ਇਸ ਭਾਈ ਨੂੰ ਅਰਫਾਨ ਨੂੰ ਉਹ ਮਿਲ ਕੇ ਆਪਣੀ ਤਸੱਲੀ ਕਰ ਸਕਦੇ ਆ। ਪਿੰਡ ਦੇ ਦੂਸਰੇ ਜ਼ਿੰਮੇਦਾਰਾਂ ਕੋਲੋਂ ਪੁੱਛ ਪੜਤੀਤ ਕਰ ਸਕਦੇ ਆ, ਜਿਨ੍ਹਾਂ ਨੇ ਸੀਡ ਮੁੱਲ ਲਿਆ, ਜ਼ਾਹਰ ਉਹਨਾਂ ਨੇ ਦੇਖ ਕੇ ਲਿਆ, ਉਹਨਾਂ ਕੋਲੋਂ ਵੀ ਪੁੱਛ ਸਕਦੇ ਆ, ਤਾਂ ਕਿ ਉਹਨਾਂ ਦੀ ਜਿਹੜੀ ਸ਼ੱਕ ਉਹ ਦੂਰ ਹੋ ਜਾਵੇ। ਜੀ ਚਾਚਾ ਜੀ, ਕੀ ਚਾਲ ਹਾਲ ਚਾਲ ਆ ਤੁਹਾਡਾ? ਠੀਕ ਠਾਕ ਹੋ? ਠੀਕ ਆ, ਸ਼ੁਕਰ ਅੱਲਾ। ਇਹ ਅਰਫਾਨ ਨੂੰ ਤੁਸੀਂ ਜਾਣਦੇ ਹੋ ਜੀ? ਇਹਦੀ ਕਪਾਹ ਤੁਸੀਂ ਦੇਖੀ ਸੀ? ਦੇਖੀ। ਇਹ ਜਿੱਦਾਂ ਦੱਸ ਰਿਹਾ ਕਿ 62 ਮਣ 6 ਕਨਾਲ 'ਚ ਹੋਈ, ਉਹ ਵਾਕਈ ਇੰਨੀ ਹੋਈ? ਇੰਨੀ ਹੋਈ। ਠੀਕ ਹੈ। ਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਤੁਹਾਡਾ ਕੀ ਨਾਂ ਜੀ? ਨਾਂ ਜੀ ਅਜ਼ਰ ਹੁਸੈਨ। ਅਜ਼ਰ ਹੁਸੈਨ। ਅੱਛਾ, ਤੁਸੀਂ ਇਹ 1711 'ਚੋਂ? ਹਾਂਜੀ, ਮੈਂ ਗੁਆਂਢੀ ਹਾਂ ਜੀ ਅਰਫਾਨ ਦਾ। ਅਰਫਾਨ ਦੇ ਹਮਸਾਏ ਹੋ ਤੁਸੀਂ? ਕਪਾਹ ਦੇਖੀ ਸੀ? ਸੱਚੀ ਗੱਲ ਕਰਨੀ ਆ, ਦੇਖੋ ਮੁਸਲਮਾਨ ਆਪਾਂ ਜਦੋਂ ਬੀਜਣ ਤੋਂ ਲਾ ਕੇ ਐਨ ਤੱਕ ਮੈਂ ਦੇਖਦਾ ਰਿਹਾ। ਅੱਛਾ, ਉਹ ਹਕੀਕਤ ਗੱਲ ਆ ਕਿ 62 ਮਣੀ ਹੋਈ ਆ। ਮਾਸ਼ਾਅੱਲਾ। ਮਤਲਬ ਤੁਸੀਂ ਵੀ ਚਾਹੋਗੇ ਵੈਸੇ ਇਹ ਬੀਜ? ਤੁਸੀਂ ਕਿਹੜਾ ਬੀਜ ਕਾਸ਼ ਕੀਤਾ ਸੀ? ਅਸੀਂ ਕੀਤਾ ਸੀ 15 ਤੋਂ ਨਿਕਲਿਆ, ਹੋਰ ਹੀ ਕੁਛ ਸੀਗਾ।
अच्छा तुसी आइंदा तो चाहोगे भी तुसी भी ऑर्बिट सीड दा ही सीड कास्ट कर लो या यही कोहेनूर ही कास्ट कर लो? कोहेनूर करना। कोहेनूर ठीक है। ते मतलब माशाल्लाह कपाह तुसी देखी है, तुसी एग्री हो, यानी कि कह लो कि तुसी शहादत देंदे हो कि यार बंदा सच बोल रहा तो लाके एंड तक जी मैं गवांडियां मैं जांदा रहा, मैं देखता रहा, मैं चेक करता रहा। ठीक है लो जी, फिर भी अगर किसी भरा ना हले भी अतमाद आवे उस 17-11 चीचा पत्नी के नज़दीक है बुरे रोड के उत्ते, वह आके 17-11 पिंड दे विच आके इरफान अहमद नूं मिल सकता। इहदा असीं कॉन्टैक्ट नंबर भी उत्ते शेयर करांगे इंशाल्लाह वीडियो के थले, तो बजाय इहदे कि साडे नाल राबता करके इत्थे आवे, वह डायरैक्टली इत्थे आवे, जिहड़े बंदे नूं नहीं इतबार हैगा वह डायरैक्ट आप आवे इत्थे आके तसली करके अपनी जाए, क्योंकि साडा तां मकसद इह आ कि अगर कोई सीड अच्छा वा तो उन्होंने यार सानू अच्छा कहना चाहिए ना, उन्हां दा मसला नहीं बनाना चाहिए। ठीक है जी, बहुत शुक्रिया जी, अल्लाह हाफिज़।